ਮੋਗੇ ਦੇ ਵਿੱਚ ਹੋਈ ਦੇਰ ਰਾਤ ਘਟਨਾ ਨੂੰ ਜੋ ਕਿ ਤੁਸੀਂ ਡੇਲੀ ਲਾਈਵ ਟੀਵੀ ਦੇ ਉੱਤੇ ਦੇਖ ਚੁੱਕੇ ਹੋ, ਅਤੇ ਹੁਣ ਇੱਕ ਹੋਰ ਨਵੀਆਂ ਤਸਵੀਰਾਂ ਦੇਖੋ। ਉਸ ਜਹਾਜ਼ ਦੇ ਪਾਇਲਟ ਨੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਜਹਾਜ਼ ਨੂੰ ਗਿਰਨ ਤੋਂ ਪਹਿਲਾਂ ਪਾਈ ਸੀ, ਤੁਸੀਂ ਦੇਖ ਸਕਦੇ ਹੋ ਕਿੱਦਾਂ ਉਹ ਛੋਟਾ ਜਿਹਾ ਕਲਿੱਪ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋ ਰਿਹਾ ਹੈ। ਤੁਸੀਂ ਦੇਖੋ ਕਿੱਦਾਂ ਦਲੇਰੀ ਨਾਲ ਅਤੇ ਪਾਇਲਟ ਨੇ ਉਹ ਵੀਡੀਓ ਬਣਾਈ ਅਤੇ ਵਾਇਰਲ ਕੀਤੀ। ਉਹ ਲਾਈਵ ਤਸਵੀਰਾਂ ਡੇਲੀ ਲਾਈਵ ਟੀਵੀ ਦੇ ਉੱਤੇ ਅਸੀਂ ਦੇਖ ਰਹੇ ਹਾਂ, ਤੁਹਾਨੂੰ ਅਸੀਂ ਯਤਨ ਕਰ ਰਹੇ ਹਾਂ ਉਹ ਤਸਵੀਰਾਂ ਦਿਖਾਉਣ ਦਾ ਜਿਹੜੀਆਂ ਕਿ ਜਹਾਜ਼ ਤੋਂ ਪਹਿਲਾਂ ਦੀਆਂ ਨੇ।